ਕੱਲੂਕਾਰਾ ਹਫ਼ਤੇ ਦੇ ਸੰਬੰਧ ਵਿੱਚ ਬੰਗਾ ਤਹਿਸੀਲ ਵਿੱਚ ਪੁਲਿਸ ਵੱਲੋਂ ਜ਼ਿਲ੍ਹਾ ਐਸਪੀਐਸ ਨਗਰ ਪੁਲਿਸ ਮੁਖੀ ਸ਼੍ਰੀ ਭਾਗੀਰਥ ਮੀਨਾ ਦੀ ਅਗਵਾਈ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ ਦੇ ਸੰਬੰਧ ਵਿੱਚ ਐਸਐਸਪੀ ਮੀਨਾ ਨੇ ਕਿਹਾ ਕਿ ਕੱਲੂਕਾਰਾ ਦਿਵਸ ਨੂੰ ਮੁੱਖ ਰੱਖਦਿਆਂ ਜ਼ਿਲ੍ਹਾ ਨਵਾਂਸ਼ਹਿਰ ਪੁਲਿਸ ਪੂਰੀ ਮੁਸਤੈਦ ਹੈ ਅਤੇ ਪੂਰੇ ਜ਼ਿਲ੍ਹੇ ਦੀਆਂ ਹੱਦਾਂ ਸੀਲ ਕੀਤੀਆਂ ਗਈਆਂ ਨੇ। ਉਹਨਾਂ ਕਿਹਾ ਕਿ ਫਲੈਗ ਮਾਰਚ ਦਾ ਮੁੱਖ ਮਕਸਦ ਆਮ ਜਨਤਾ ਵਿੱਚ ਸਿਕਿਉਰਿਟੀ ਦੀ ਭਾਵਨਾ ਪੈਦਾ ਕਰਨਾ ਅਤੇ ਸ਼ਰਾਰਤੀ ਕ੍ਰਿਮੀਨਲ ਲੋਕਾਂ ਵਿੱਚ ਪੁਲਿਸ ਦਾ ਖੌਫ ਪੈਦਾ ਕਰਨਾ ਹੁੰਦਾ ਹੈ। ਇਸ ਮੌਕੇ ਐਸਪੀ ਮੁਕੇਸ਼ ਕੁਮਾਰ, ਡੀਐਸਪੀ ਬੰਗਾ ਸਵਰਨ ਸਿੰਘ ਬੱਲ, ਡੀਐਸਪੀ ਪ੍ਰੇਮ ਕੁਮਾਰ, ਡੀਐਸਪੀ ਅਮਰਨਾਥ, ਐਸਐਚਓ ਬੰਗਾ ਸਿਟੀ ਮਹਿੰਦਰ ਸਿੰਘ, ਐਸਐਚਓ ਬੰਗਾ ਸਦਰ ਰਾਜੀਵ ਕੁਮਾਰ, ਐਸਐਚਓ ਬਹਿਰਾਮ ਰਾਜੀਵ ਕੁਮਾਰ, ਐਸਐਚਓ ਮੁਕੰਦਪੁਰ ਮੈਡਮ ਨਰੇਸ਼ ਕੁਮਾਰੀ ਅਤੇ ਬੰਗਾ ਤਹਿਸੀਲ ਦੀ ਪੁਲਿਸ ਫੋਰਸ ਹਾਜ਼ਰ ਰਹੇ। ਦੇਖੋ ਡਿਊਟੀ ਜੋ ਘੱਲੂਗਾਰਾ ਵੀਕ ਨਵਾਂਸ਼ਹਿਰ ਪੁਲਿਸ ਅਲਰਟ ਦੇ ਉੱਪਰ ਹੈਗੀ। ਅਸੀਂ ਪੂਰੇ ਡਿਸਟ੍ਰਿਕਟ ਦੀ ਬਾਉਂਡਰੀ ਸੀਲ ਕੀਤੀ ਹੋਈ ਹੈਗੀ। ਵੱਖ ਵੱਖ ਥਾਵਾਂ 'ਤੇ ਟੋਟਲ ਅਸੀਂ 15 ਜਗ੍ਹਾ ਨਾਕਾਬੰਦੀ ਕੀਤੀ ਹੋਈ ਹੈਗੀ। ਦਿਨੇ ਔਰ ਰਾਤ ਅਸੀਂ ਵੱਖ ਵੱਖ ਪੈਟਰੋਲਿੰਗ ਪਾਰਟੀਆਂ ਵੀ ਅਸੀਂ ਕੱਢੀ ਹੋਈ ਹੈਗੀ। ਅਰਲੀ ਮਾਰਨਿੰਗ ਅਸੀਂ ਪਾਰਟੀਆਂ ਨਿਕਾਲੀ ਹੋਈ ਹੈ ਤਾਂ ਕਿ ਕੋਈ ਸਸਪੀਸ਼ੀਅਸ ਚੀਜ਼ ਨਹੀਂ ਹੈ, ਉਹ ਚੈੱਕ ਕੀਤੀ ਜਾ ਸਕਦੀ ਹੈਗੀ। ਬੇਸਿਕਲੀ ਜੋ ਫਲੈਗ ਮਾਰਚ ਨਿਕਾਲੇ ਜਾ ਰਹੇ ਹੈਗੇ, ਇਹ ਕੰਟੀਨਿਊਸ ਪ੍ਰੋਸੈਸ ਹੈਗਾ। ਇਸ ਵੀਕ ਦੇ ਵਿੱਚ ਅਸੀਂ 2 ਦਿਨ ਪਹਿਲੇ ਵੀ ਅਸੀਂ ਫਲੈਗ ਮਾਰਚ ਤੀਨੋ ਸਬ ਡਿਵੀਜ਼ਨ ਦੇ ਵਿੱਚ ਨਿਕਾਲਿਆ ਹੈਗਾ। ਅੱਜ ਵੀ ਇੱਥੇ ਬੰਗਾ ਸਬ ਡਿਵੀਜ਼ਨ ਕੇ ਡੀਐਸਪੀ ਸਾਹਿਬ, ਐਸਪੀ ਸਾਹਿਬ ਔਰ ਐਸਐਚਓ ਵਿਦ ਫੋਰਸ ਫਲੈਗ ਮਾਰਚ ਨਿਕਾਲ ਰਹੇ ਹੈਗੇ। ਪੈਰਲਲ ਅਸੀਂ ਨਵਾਂਸ਼ਹਿਰ ਦੇ ਵਿੱਚ ਐਸਪੀ ਹੈੱਡਕੁਆਟਰ ਔਰ ਬਲਾਚੌਰ ਦੇ ਵਿੱਚ ਐਸਪੀ ਪੀਵੀਆਈ ਸਾਹਿਬ, ਵੱਖ ਵੱਖ ਜੀਓ ਔਰ ਐਸਐਚਓ ਸਾਹਿਬਾਨ ਫਲੈਗ ਮਾਰਚ ਨਿਕਾਲ ਰਹੇ ਹੈਗੇ। ਬੇਸਿਕਲੀ ਜੋ ਫਲੈਗ ਮਾਰਚ ਹੈ ਉਸਕਾ ਮੇਨ ਜੋ ਮਕਸਦ ਹੁੰਦਾ ਹੈਗਾ, ਉਹ ਆਮ ਜਨਤਾ ਦੇ ਵਿੱਚ ਇੱਕ ਸਿਕਿਉਰਿਟੀ ਦੀ ਭਾਵਨਾ ਪੈਦਾ ਕਰਨਾ ਹੈਗਾ। ਔਰ ਜੋ ਕ੍ਰਿਮੀਨਲਸ ਲੋਕ ਹੈ ਉਹਨਾਂ ਦੇ ਮਨਾਂ ਦੇ ਵਿੱਚ ਇੱਕ ਖੌਫ ਪੈਦਾ ਹੋਣਾ ਚਾਹੀਦਾ, ਪੁਲਿਸ ਕਦੇ ਵੀ ਕਿਸੇ ਟਾਈਮ ਕਿਸੇ ਵੀ ਜਗ੍ਹਾ ਰੇਡ ਕਰ ਸਕਦੀ ਹੈਗੀ। ਬੰਗਾ ਤੋਂ ਮਨਜਿੰਦਰ ਸਿੰਘ ਦੀ ਰਿਪੋਰਟ, ਯੁੱਗ ਮਾਰਗ ਟੀਵੀ।